ਅਜ਼ਾਦ ਬੰਦਿਆਂ ਨੇ ਜਿਨ੍ਹਾਂ ਦੇ ਮੂੰਹ 'ਤੇ ਕੱਪੜਾ ਦਿੱਤਾ ਹੋਇਆ ਸੀਗਾ ਅਤੇ ਉਹਨਾਂ ਨੇ ਗਨ ਪੁਆਇੰਟ ਉੱਤੇ ਸਾਡੇ ਕੈਸ਼ੀਅਰ ਦੇ ਸਿਰ 'ਤੇ ਗਨ ਰੱਖ ਕੇ ਤਕਰੀਬਨ 10 ਲੱਖ ਰੁਪਏ ਦੀ ਅੱਜ ਸਾਡੇ ਬੈਂਕ 'ਚ ਡਕੈਤੀ ਹੋਈ ਹੈ। 3 ਆਏ ਆ ਮੋਟਰਸਾਈਕਲ ਦੇ ਉੱਪਰ, 3 ਬੰਦੇ ਪੁਲਿਸ ਮੂਵੀਸ ਬਣੇ ਅੰਦਰ ਆਉਂਦਿਆਂ ਦਾ, ਉਹਨਾਂ ਨੇ ਅੰਦਰ ਆ ਕੇ ਪਿਸਤੌਲ ਨੂੰ ਚੀਜ਼ ਦਿਖਾਈ ਹੈ। ਉਹਨਾਂ ਨੇ ਆ ਕੇ ਅਤੇ ਇਹਨਾਂ ਦੇ ਕੋਲ 10 ਲੱਖ ਕਰੀਬ 38,000 ਰੁਪਈਆ ਕੈਸ਼ ਇੱਥੋਂ ਲੈ ਕੇ। ਬੈਂਕ 'ਚ ਗਾਰਡ ਦੀ ਸਭ ਵਿਵਸਥਾ ਅਜੇ ਨਹੀਂ ਹੈਗੀ ਹੈ। ਬੈਂਕ ਕਾਫੀ 6-7 ਸਾਲ ਹੋ ਗਏ ਬੈਂਕ ਇੱਥੇ ਖੁੱਲ੍ਹੇ, ਲੇਕਿਨ ਕਦੇ ਇੱਦਾਂ ਦੀ ਕਦੇ ਵਾਰਦਾਤ ਪਹਿਲੇ ਕਦੇ ਵਾਪਰੀ ਨਹੀਂ, ਅਤੇ ਬੈਂਕ 'ਚ ਅਜੇ ਤਾਂ ਗਾਰਡ ਦੀ ਕੋਈ ਵਿਵਸਥਾ ਨਹੀਂ। ਇਸ ਬੈਂਕ 'ਚ ਗਾਰਡ ਨਹੀਂ ਹੈ, ਇਹ ਵਿਦਾਊਟ ਗਾਰਡ। ਇਹਦੇ ਵਿੱਚ 3 ਬੰਦੇ, ਇੱਕ ਮੈਨੇਜਰ ਸਾਹਿਬ ਅਜੇ ਪਹੁੰਚੇ ਨਹੀਂ ਸੀ, ਸਿਰਫ 2 ਹੀ ਮੁਲਾਜ਼ਮ ਅੰਦਰ ਸੀਗੇ, ਪਿੰਡ ਦੇ ਬਾਹਰ ਬਾਹਰ ਨਿਕਲ ਗਿਆ ਸੀ। ਹੁਸ਼ਿਆਰਪੁਰ ਦੇ ਪਿੰਡ ਗਿਲਜੀਆਂ ਵਿੱਚ 3 ਨਕਾਬਪੋਸ਼ ਲੁਟੇਰਿਆਂ ਨੇ ਇੰਡੀਅਨ ਓਵਰਸੀਜ਼ ਬੈਂਕ ਵਿੱਚ ਗਨ ਪੁਆਇੰਟ ਤੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ। ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ 3 ਨਕਾਬਪੋਸ਼ ਬੈਂਕ ਵਿੱਚ ਦਾਖਲ ਹੋਏ ਅਤੇ ਆਉਂਦਿਆਂ ਹੀ ਬੈਂਕ ਵਿੱਚ ਮੌਜੂਦ ਕੈਸ਼ੀਅਰ ਅਤੇ ਕਰਮਚਾਰੀ ਨੂੰ ਪਿਸਤੌਲ ਦੀ ਨੋਕ ਤੇ ਕੈਸ਼ ਕੱਢਣ ਲਈ ਕਿਹਾ। ਲੁਟੇਰੇ ਬੈਂਕ ਵਿੱਚੋਂ ਹਥਿਆਰਾਂ ਦੀ ਨੋਕ ਤੇ ਲਗਭਗ 11 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਉਧਰ ਲੁੱਟ ਦੀ ਵਾਰਦਾਤ ਕੈਮਰੇ ਵਿੱਚ ਕੈਦ ਹੋ ਗਈ, ਜਿਸ ਤੋਂ ਬਾਅਦ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜੀ ਸਰ, ਮੈਂ ਬ੍ਰਾਂਚ ਮੈਨੇਜਰ ਇੰਡੀਅਨ ਓਵਰਸੀਜ਼ ਬੈਂਕ ਗਿਲਜੀਆਂ ਬ੍ਰਾਂਚ ਦਾ ਹੈਗਾ ਹੈ। ਅੱਜ ਸਵੇਰੇ 10:35 'ਤੇ ਸਾਡੀ ਬ੍ਰਾਂਚ 3 ਅਗਿਆਤ ਬੰਦਿਆਂ ਨੇ, ਜਿਨ੍ਹਾਂ ਦੇ ਮੂੰਹ 'ਤੇ ਕੱਪੜਾ ਦਿੱਤਾ ਹੋਇਆ ਸੀਗਾ, ਜਿੱਦਾਂ ਕਿ ਅੱਜ ਕੱਲ੍ਹ ਚੱਲਦਾ ਪਿਆ, ਅਤੇ ਜ਼ਿਆਦਾ ਉਹਨਾਂ 'ਤੇ ਸ਼ੱਕ ਨਹੀਂ ਕੀਤਾ ਗਿਆ ਕਿ ਉਹ ਸ਼ਾਇਦ ਬੈਂਕ ਦੀ ਕੋਈ ਕਾਰਨ ਲਈ ਆਏ ਹੋਣੀ ਹੈ, ਕਿਉਂਕਿ ਉਹਨਾਂ ਨੇ ਮੂੰਹ 'ਤੇ ਕੱਪੜਾ ਬੰਨਿਆ ਸੀਗਾ। ਅਤੇ ਉਹਨਾਂ ਨੇ ਗਨ ਪੁਆਇੰਟ ਉੱਤੇ ਸਾਡੇ ਕੈਸ਼ੀਅਰ ਦੇ ਸਿਰ 'ਤੇ ਗਨ ਰੱਖ ਕੇ ਉਹਨਾਂ ਤੋਂ ਕਰੀਬਨ 10,50,000 ਤੋਂ ਲੈ ਕੇ 80,000 ਤੱਕ, ਬਾਕੀ ਜੋ ਵੀ ਕੈਲਕੂਲੇਸ਼ਨ ਹੋਏਗੀ। ਅਜੇ ਅਸੀਂ ਕੈਬਿਨ 'ਤੇ ਜਾ ਕੇ ਪੂਰੀ ਕੈਲਕੂਲੇਸ਼ਨ ਨਹੀਂ ਕਰ ਸਕਦੇ, ਕਿਉਂਕਿ ਪੁਲਿਸ ਨੇ ਕਿਹਾ ਕਿ ਉੱਥੇ ਫਿੰਗਰ ਪ੍ਰਿੰਟ ਦਾ ਵੀ ਸਸਪੈਕਟ ਹੋ ਸਕਦਾ, ਲੇਕਿਨ ਕਰੀਬਨ 10.5 ਲੱਖ ਰੁਪਏ ਦੀ ਅੱਜ ਸਾਡੇ ਬੈਂਕ 'ਚ ਡਕੈਤੀ ਹੋਈ ਹੈ। ਬੈਂਕ ਦੇ ਵਿੱਚ ਕੋਈ ਗਾਰਡ ਵਗੈਰਾ ਹੈ ਸੀ ਉਸ ਵੇਲੇ? ਹਾਂ, ਬੈਂਕ 'ਚ ਗਾਰਡ ਦੀ ਸਭ ਵਿਵਸਥਾ ਅਜੇ ਨਹੀਂ ਹੈਗੀ ਹੈ। ਬੈਂਕ ਕਾਫੀ 6-7 ਸਾਲ ਹੋ ਗਏ ਬੈਂਕ ਇੱਥੇ ਖੁੱਲ੍ਹੇ, ਲੇਕਿਨ ਕਦੇ ਇੱਦਾਂ ਦੀ ਕਦੇ ਵਾਰਦਾਤ ਪਹਿਲੇ ਕਦੇ ਵਾਪਰੀ ਨਹੀਂ, ਅਤੇ ਬੈਂਕ 'ਚ ਅਜੇ ਤਾਂ ਗਾਰਡ ਦੀ ਕੋਈ ਵਿਵਸਥਾ ਨਹੀਂ। ਕਿੰਨੇ ਕਰਮਚਾਰੀ ਸੀ ਉਸ ਵਕਤ ਬੈਂਕ ਵਿੱਚ? 2 ਕਰਮਚਾਰੀ ਸੀਗੇ, ਇੱਕ ਕੈਸ਼ੀਅਰ ਸੀਗੇ, ਇੱਕ ਸਾਡੇ ਪਾਰਟ ਟਾਈਮ ਹੈਗੇ ਗਿਲਜੀਆਂ 'ਚ ਰਹਿਣ ਵਾਲੇ ਉਹ ਸੀਗੇ। ਤੁਸੀਂ ਮੈਨੇਜਰ ਹੋ? ਜੀ, ਮੈਂ ਮੈਨੇਜਰ। ਡਕੈਤੀ ਦਾ ਤੁਸੀਂ ਕਿੱਥੇ ਸੀਗੇ? ਜੀ, ਡਕੈਤੀ ਜਦੋਂ ਹੋਈ ਉਸ ਟਾਈਮ ਤੁਸੀਂ ਕਿੱਥੇ ਸੀ? ਮੈਂ ਸਰ DMC ਹੋਸਪਿਟਲ ਤੋਂ ਆਉਂਦਾ ਪਿਆ ਸੀ, ਕੁਛ ਕਾਰਨ ਵਿੱਚ ਥੋੜ੍ਹਾ ਜਿਹਾ ਕਾਫੀ ਟ੍ਰੈਫਿਕ ਹੋਣ ਕਾਰਨ ਮੈਨੂੰ 5-10 ਮਿੰਟ ਮੈਚ ਲੇਟ ਹੋ ਗਿਆ ਸੀਗਾ, ਔਰ ਮੈਨੂੰ ਆਉਂਦੇ ਜਿਹਦੇ ਇਸ ਕਾਰਵਾਈ ਦਾ ਪਤਾ ਲੱਗਿਆ, ਤਾਂ ਮੈਂ ਉੱਥੋਂ ਪੁਲਿਸ ਨੂੰ ਅਤੇ ਜੋ ਵੀ ਇੱਥੇ ਦੇ ਮੋਤਵਾਰ ਬੰਦੇ ਆ ਉਹਨਾਂ ਨੂੰ ਸਾਰਿਆਂ ਨੂੰ ਇਤਲਾਹ ਕਰਕੇ ਇਸ ਡਕੈਤੀ ਬਾਰੇ। ਤੁਸੀਂ 15? ਜੀ ਸਰ, ਅੱਜ 10:40 'ਤੇ ਇੰਡੀਅਨ ਓਵਰਸੀਜ਼ ਬੈਂਕ ਹੈਗੀ ਪਿੰਡ ਗਿਲਜੀ, ਇੱਥੇ 3 ਆਏ ਆ ਮੋਟਰਸਾਈਕਲ ਦੇ ਉੱਪਰ, 3 ਬੰਦੇ ਪੁਲਿਸ ਮੂਵੀਸ ਬਣੇ ਅੰਦਰ ਆਉਂਦਿਆਂ ਦਾ, ਉਹਨਾਂ ਨੇ ਅੰਦਰ ਆ ਕੇ ਪਿਸਤੌਲ ਨੂੰ ਚੀਜ਼ ਦਿਖਾਈ ਹੈ, ਮੂੰਹ ਉਹਨਾਂ ਦੇ ਬੰਨੇ ਹੋਏ ਸੀ। ਉਹਨਾਂ ਨੇ ਆ ਕੇ ਅਤੇ ਇਹਨਾਂ ਦੇ ਕੋਲ 10 ਲੱਖ ਕਰੀਬ 38,000 ਰੁਪਈਆ ਕੈਸ਼ ਇੱਥੋਂ ਲੈ ਕੇ। ਅਸੀਂ ਇਹਦਾ ਮੁਕੱਦਮਾ ਦਰਜ ਕਰਤਾ, ਵੀਡੀਓ ਫੁਟੇਜ ਲੈ ਲਈ ਹੈ ਅਤੇ ਇਨਵੈਸਟੀਗੇਸ਼ਨ ਸ਼ੁਰੂ ਕਰ। ਜਿਹੜਾ ਕਿ ਬੈਂਕਾਂ ਵਿੱਚ ਕੁਛ ਬੈਂਕਾਂ 'ਚ ਗਾਰਡ ਨਹੀਂ ਹੈਗੇ, ਜਿਹਨਾਂ ਕਰਕੇ ਇਸ ਬੈਂਕ 'ਚ ਗਾਰਡ ਨਹੀਂ ਹੈ, ਇਹ ਵਿਦਾਊਟ ਗਾਰਡ। ਇਹਦੇ ਵਿੱਚ 3 ਬੰਦੇ, ਇੱਕ ਮੈਨੇਜਰ ਸਾਹਿਬ ਅਜੇ ਪਹੁੰਚੇ ਨਹੀਂ ਸੀ, ਸਿਰਫ 2 ਹੀ ਮੁਲਾਜ਼ਮ ਅੰਦਰ ਸੀਗੇ, ਪਿੰਡ ਦੇ ਬਾਹਰ ਬਾਹਰ ਨਿਕਲ ਗਿਆ ਸੀ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ। ਬਿਲਕੁਲ ਸੱਚ, ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ। ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੰਜ। ਕੀ ਤੁਸੀਂ ਜ਼ਿੰਦਗੀ ਦੀ ਕਿਸੇ ਵੀ ਸਮੱਸਿਆ ਤੋਂ ਪਰੇਸ਼ਾਨ ਹੋ? ਕੀ ਤੁਹਾਡੇ ਵਿਆਹ ਵਿੱਚ ਹੋ ਰਹੀ ਹੈ ਦੇਰੀ? ਕੀ ਤੁਸੀਂ ਸੰਤਾਨ ਸੁੱਖ ਤੋਂ ਵਾਂਝੇ ਹੋ? ਕੀ ਤੁਹਾਨੂੰ ਤੁਹਾਡਾ ਮਨ ਚਾਹਿਆ ਪਿਆਰ ਨਹੀਂ ਮਿਲ ਰਿਹਾ? ਕੀ ਤੁਸੀਂ ਲਾਉਣਾ ਚਾਹੁੰਦੇ ਹੋ ਲੋਟਰੀ ਦਾ ਸਹੀ ਨੰਬਰ? ਕੀ ਤੁਹਾਨੂੰ ਨੌਕਰੀ ਨਹੀਂ ਮਿਲ ਰਹੀ? ਕੀ ਤੁਹਾਡਾ ਵੀਜ਼ਾ ਨਹੀਂ ਲੱਗ ਰਿਹਾ? ਕੀ ਤੁਸੀਂ ਵਿਦੇਸ਼ 'ਚ ਪੱਕਾ ਹੋਣਾ ਚਾਹੁੰਦੇ ਹੋ? ਧਨ ਦੀ ਕਮੀ, ਬਿਮਾਰੀ ਤੋਂ ਪਰੇਸ਼ਾਨੀ? ਘਰ ਬੈਠੇ ਬਿਠਾਏ ਹੀ ਕੀਤਾ ਜਾਵੇਗਾ ਤੁਹਾਡੀ ਸਮੱਸਿਆ ਦਾ ਸਮਾਧਾਨ ਫੀਸ ਕਮ ਹੋਣ ਤੋਂ ਬਾਅਦ।
ਇਹਨਾਂ ਸਾਰੀਆਂ ਸਮੱਸਿਆਵਾਂ ਦੇ ਪੱਕੇ ਹੱਲ ਲਈ ਇੱਕ ਵਾਰ ਜ਼ਰੂਰ ਮਿਲੋ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਜੀ ਨੂੰ, ਜੋ ਕਰਦੇ ਨੇ ਮੁਫ਼ਤ ਸੇਵਾ ਮੁਫ਼ਤ ਸਮਾਧਾਨ।